ਬਾਈ ਜੀ ਕੋਈ ਨਵੀਂ ਵੀਡੀਓ ਨਹੀਂ ਆਈ ਹਵੇਲੀ ਤੇ ਅੱਜ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਵੀ ਬਾਈ ਦਾ ਕਿੰਨੇ ਕੁ ਹਵੇਲੀ ਦਾ ਕੰਮ ਤਿਆਰ ਹੋ ਗਿਆ ਤੇ ਕਿੰਨਾ ਕੁ ਰਹਿੰਦਾ ਗਾ ਇਹਦਾ ਜੱਟ ਦਾ ਨਿਕਨੇਮ खेत बैठा गा वीडियो च वो सामने अपने खेत च बैठा गा फोन ते गल करी जांदा बाई जी ने कहा गा फोन ते गल करन तो बाद अपन नूं मिलणगे ते पूरे बहुत लोग आए हुए इत्थे कट वाला एक तो तुसीं देख सकदे हो कि गड्डियां गड्डियां खड़ियां ने अगे भी बहुत ज्यादा भीड़ हैगी ते पिछे भी गड्डियां खड़ियां ने ते आपां देखदे आं फिर मिलदे आं सिद्धू मूसे वाले नूं ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀ ਆਪਣੀ ਸਕਰੀਨ 'ਤੇ ਸਿੱਧੂ ਮੂਸੇਵਾਲੇ ਦੇ ਫੈਨ ਸਿੱਧੂ ਮੂਸੇਵਾਲੇ ਵਾਸਤੇ ਗਿਫਟ ਲੈ ਕੇ ਆਏ ਨੇ ਅਤੇ ਉਸ ਗਿਫਟ ਦੇਖ ਰਹੇ ਨੇ ਅੱਜ ਬਾਈ ਮੂਸੇ ਪਿੰਡ ਬਾਈ ਸਿੱਧੂ ਨੂੰ ਮਿਲਣ ਆਏ ਸੀ ਅੱਜ ਬਹੁਤ ਬਾਈ ਸਾਨੂੰ ਮਿਲਿਆ ਬਾਈ ਕੱਦੂ ਕਰ ਰਿਹਾ ਸੀ ਬਹੁਤ ਵਧੀਆ ਨਜ਼ਾਰਾ ਆਇਆ ਅਤੇ ਨਾਲ ਭਰਾ ਗੁਰਵਿੰਦਰ ਸਿੰਘ ਜੀ ਅਤੇ ਨਾਲ ਉਹਨਾਂ ਦੇ ਜਸ਼ਨ ਰੋੜੀ ਤੋਂ ਅਤੇ ਨਾਲ ਸਾਡੇ ਆਪਣੇ ਜਗਦੀਪ ਸਿੰਘ ਸਿੱਧੂ ਬਰਾੜ ਸਾਹਿਬ ਅਤੇ ਨਾਲ ਸਾਡੇ ਭੋਲਾ ਜੀ ਭੋਲਾ ਅਤੇ ਬਾਈ ਜੀ ਉਹਨਾਂ ਨੂੰ ਆਹ ਟਰਾਲਾ ਬਾਈ ਦਾ ਕਹਿੰਦੀਆਂ ਸਾਨੂੰ ਫੈਸਿਲਿਟੀਆਂ ਦਿਖਾਉਣ ਲੱਗੇ ਜੀ ਬਾਈ ਸਿੱਧੂ ਮੂਸੇਵਾਲ ਨਵਾਂ ਟਰਾਲਾ ਦਿਖਾਉਣ ਜਾ ਰਹੇ ਹਾਂ ਆਹ ਦੇਖੋ ਜੀ ਗੁਗਲੂ ਮੂਗਲੂ ਭਰੇ ਹੋ ਜਾ ਦੇਖੀ ਬਹੁਤ ਸੋਹਣਾ ਬਾਈ ਨੇ ਚੀਜ਼ਾਂ ਲਾਈਆਂ ਨੇਗੀਆਂ ਵਾਟਰ ਟੈਂਕ ਪਰ ਪਾਣੀ ਹੈ ਨਹੀਂ ਇਹ 'ਚ ਕੋਈ ਨਾ ਹੋਣਾ ਝੋਲਾ ਪਿਆ ਬਾਈ ਦਾ ਆਹ ਦੇਖੋ ਜੀ ਸਿੱਧੂ ਮੂਸੇਵਾਲ ਦਾ ਲੋਗੋ ਲੋਗੋ ਪੂਰੀ ਰੀਲ ਲਾ ਕੇ ਟਰਾਲਾ ਤਿਆਰ ਕੀਤਾ ਬਾਈ ਨੇ ਦੇਖੋ ਜੀ ਆਹ ਦੇਖੋ ਜੀ ਸੰਤ ਜਰਨੈਲ ਸਿੰਘ ਪਿੰਡਰਾਂ ਫੋਟੋ ਲੱਗੀ ਹੋਈ ਆ ਬਹੁਤ ਸੋਹਣੀ ਚੀਜ਼ ਲਿਖੀ ਆ ਕਹਿੰਦਾ ਸਰੀਰ ਦਾ ਮਰਨਾ ਮੌਤ ਨਹੀਂ ਹੈਗਾ ਜ਼ਮੀਰ ਦਾ ਮਰਨਾ ਮੌਤ ਆ ਬਹੁਤ ਸੋਹਣੀ ਚੀਜ਼ ਲਿਖੀ ਆ
ਸੰਤਾਂ ਨੇ ਬੋਲੀ ਰੱਖਿਆ ਸੀ, ਆਹ ਦੇਖੋ ਜੀ ਬਾਈ ਦੇ ਟਰਾਲਾ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਵਧੀਆ ਲੋ ਆਏ ਦੇਖੋ ਜੀ ਸਾਰੀਆਂ ਫੈਸਿਲਿਟੀਆਂ ਬਾਈ ਬਹਿਣਾ ਉੱਠਣਾ ਖਾਣਾ ਪੀਣਾ ਰਹਿਣਾ ਆਹ ਦੇਖੋ ਉੱਪਰ ਵਾਲੇ ਪਾਸੇ ਆ ਬਾਈ ਦੇ ਸੰਤ ਵਾਲੇ ਪਾਸੇ ਟੰਗੇ ਹੋਏ ਇੱਥੇ ਬਾਈ ਟੂਲ ਬਾਕਸ ਲਾਇਆ ਹੋਇਆ ਆਹ ਦੇਖੋ ਜੀ ਹਾਂ ਸਹੀ ਗੱਲ ਆ ਬਈ ਜੱਟ ਦਾ ਮੁਕਾਬਲਾ ਨੀ ਹੈਗਾ ਕਿਤੇ ਵੀ ਬਹੁਤ ਹੀ ਰੀਝ ਲਾ ਕੇ ਟਰਾਲਾ ਤਿਆਰ ਕੀਤਾ ਗਿਆ ਬਈ ਬੰਦਾ ਆਪ ਹੀ ਆਤਾ ਤੇ ਆਪ ਹੀ ਗੱਲਾਂ ਕਰਾਉਂਦੇ ਲਾਇੰਟ ਬੰਦਾ ਪੂਰਾ ਸਿੱਧੂ ਮੂਸੇ ਵਾਲਾ ਦੇਖੋ ਜੀ ਰੀਜ ਲਾ ਕੇ ਤਿਆਰ ਕੀਤਾ ਗਾ ਕੋਈ ਕਸਰ ਨੀ ਛੱਡੀ ਕਿਤੇ ਵੀ ਦੇਖੋ ਬੱਤੀ ਲੱਗੀ ਹੋਈ ਜੇ ਆਪਾਂ ਅੱਜ ਸਿੱਧੂ ਮੂਸੇਵਾਲੇ ਨੂੰ ਮਿਲਣ ਆਏ ਸੀਗੇ ਆਪਾਂ ਉੱਧਰ ਬਾਈ ਕੱਦੂ ਕਰੀ ਜਾਂਦਾ ਸਿੱਧੂ ਮੂਸੇਵਾਲਾ ਅਤੇ ਆਪਾਂ ਇੱਧਰ ਹਵੇਲੀ ਕੰਨੀ ਆ ਗਏ ਅਤੇ ਹਵੇਲੀ ਜਿੱਧਰ ਟਰਾਲਾ ਖੜ੍ਹਾ ਸੀਗਾ ਤੁਹਾਨੂੰ ਟਰਾਲਾ ਦਿਖਾਇਆ ਸੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਵਧੀਆ ਟਰਾਲਾ ਬਣਾਇਆ ਹੈਗਾ ਕਿਹਨੇ ਨੇ ਬਣਾਇਆ ਬਈ ਇਹ TVS ਵਾਲੇ ਨੇ ਬਹੁਤ ਸੋਹਣਾ ਟਰਾਲਾ ਬਣਾਇਆ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਆਤੀ ਕਰਾਈ ਪਈ ਆ ਸਿੱਧੂ ਮੂਸੇਵਾਲੇ ਨੇ ਤੁਸੀਂ ਦੇਖ ਸਕਦੇ ਹੋ ਪੂਰਾ ਸ਼ੂਟ ਕਰਦਾ ਵੀ ਸਿੱਧੂ ਮੂਸੇਵਾਲਾ ਟਰਾਲਾ ਪਤਾ ਲੱਗਦਾ ਦੂਰੋਂ ਹੀ ਪੰਜਾਬ ਚ ਇੱਕ ਇੱਕ ਟਰਾਲਾ ਬਣਿਆ ਹਜੇ ਕਹੀ ਵੀ ਦੇਖੋ ਤੁਸੀਂ ਜੱਟ ਦਾ ਮੁਕਾਬਲਾ ਕਿਤੇ ਨੀ ਹੈਗਾ ਅੱਜ ਦੀ ਘੜੀ ਤਾਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਕਹਿੰਦੇ ਕਹੀ ਦੇ ਉੱਤੇ ਲਿਖਿਆ ਹੋਇਆ ਕਹਿੰਦੇ ਬਹੁਤ ਸੋਹਣਾ ਹੁਣ ਤੁਹਾਨੂੰ ਹਵੇਲੀ ਵੱਲ ਜਾ ਰਹੇ ਹਾਂ ਤੇ ਤੁਹਾਨੂੰ ਸਿੱਧੂ ਮੂਸੇਵਾਲੇ ਬਾਈ ਦੀ ਹਵੇਲੀ ਦਿਖਾਵਾਂਗੇ ਜੇ ਆਪਾਂ ਹੁਣ ਟਰਾਲਾ ਦਿਖਾਇਆ ਤੇ ਆਪਾਂ ਆਇਆ ਤੇ ਹੁਣ ਆਪਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਵੱਲ ਜਾ ਰਹੇ ਹਾਂ ਤੁਹਾਨੂੰ ਹਵੇਲੀ ਦਿਖਾਵਾਂਗੇ ਬਾਈ ਜੀ ਦੇਖੋ ਆਪਾਂ ਹਵੇਲੀ ਵਿੱਚ ਆ ਰਹੇ ਹਾਂ ਹਵੇਲੀ ਦਾ ਮੇਨ ਉਹ ਹੈਗਾ ਅੱਗੋਂ ਦੇਖਦੇ ਹਾਂ ਆਪਾਂ ਹਵੇਲੀ ਨੂੰ ਇੱਧਰ ਆ ਘਾਹ ਲੱਗਿਆ ਪੂਰਾ ਵਧੀਆ ਆਹ ਗੱਡੀ ਖੜ੍ਹੀ ਹੈ ਸਿੱਧੂ ਮੂਸੇਵਾਲੇ ਫਾਦਰ ਸਾਹਿਬ ਦੀ ਜਾਂ ਜਨਰੇਟਰ ਧਰਿਆ ਇੱਥੇ ਆਹ ਦੇਖੋ ਬਹੁਤ ਵਧੀਆ ਗੇਟ ਬਣਾਇਆ ਗਾ ਲੱਕੜ ਦਾ ਪੂਰਾ ਭਾਰਾ ਗੇਟ ਬਣਾਇਆ ਮੇਨ ਗੇਟ ਹੈ ਹਵੇਲੀ ਦਾ ਆਹ ਅੱਗੋਂ ਦਾ ਹਵੇਲੀ ਦਾ ਵਿਊ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹਵੇਲੀ ਦੀ ਤਿਆਰ ਹੋ ਰਹੀ ਹੈ ਸਿੱਧੂ ਮੂਸੇਵਾਲੇ ਬਾਈ ਦੀ ਹੁਣ ਸਿੱਧੂ ਮੂਸੇਵਾਲੇ ਬਾਈ ਜੀ ਕੋਈ ਨਵੀਂ ਵੀਡੀਓ ਨਹੀਂ ਆਈ ਹਵੇਲੀ 'ਤੇ ਅੱਜ ਨੂੰ ਆਪਾਂ ਦਿਖਾ ਰਹੇ ਹਾਂ ਵੀ ਬਾਈ ਦਾ ਕਿੰਨੀ ਕੁ ਹਵੇਲੀ ਦਾ ਕੰਮ ਤਿਆਰ ਹੋ ਗਿਆ ਅਤੇ ਕਿੰਨਾ ਕੁ ਰਹਿੰਦਾ ਗਾ ਦੇਖ ਸਕਦੇ ਹੋ ਲੱਕੜ ਦਾ ਕੰਮ ਚੱਲ ਰਿਹਾ ਬਾਈ ਜੀ ਹਵੇਲੀ 'ਚ ਆਹ ਦੇਖੋ ਜੀ ਗੇਟ ਬਾਈ ਜੀ ਰਾਜੀ ਹੱਥ ਮਿਲੇ ਗਾਣੇ ਦੇ ਕਮੈਂਟ ਵੀ ਕਰਦੇ ਹੋ ਕਮੈਂਟ ਬਈ ਹੋ ਗਏ 2 ਲੱਖ ਤੋਂ ਟੱਪ ਗਏ ਬਾਈ 1 ਮਿਲੀਅਨ ਕਰਦਾ 1 ਮਿਲੀਅਨ ਕਰ ਦਾਂਗੇ 1 ਮਿਲੀਅਨ ਦਾ ਰੱਖਿਆ ਸੈਲੀਬ੍ਰਿਟੀ ਕਿਲਰ ਦੇ 5 ਆਪਣਾ ਛੇ ਛੇ ਕਰ
ਕਰਨੀ ਤੇ ਕੋਰਲੇ ਮਾਨ ਕੋਲੇ ਜਾਇ ਨਹੀਂ ਗਿਆ ਅੱਜ ਲੇਟ ਬਲੀ ਹੋ ਗਈ ਸੀ ਬਾਈ ਕੋਲੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸਿੱਧੂ ਬਾਈ ਨੂੰ ਅੱਜ ਮਿਲਿਆ ਏ ਤੇ ਬਹੁਤ ਆਪਣਾ ਇੰਜੋਏ ਹੋਇਆ ਆਪਾਂ ਸਾਰਾ ਮੂਸਾ ਪਿੰਡ ਘੁੰਮ ਕੇ ਆਏ ਤੇ ਹਵੇਲੀ ਦੇਖ ਕੇ ਬਾਈ ਦੀ ਤੇ ਬਾਈ ਨੇ ਇੱਕ ਉਹ ਵੀ ਲੈ ਕੇ ਆਉਣਾ ਟਰਾਲਾ ਨਵਾਂ ਟਰਾਲਾ ਬਣਾਇਆ ਬਾਈ ਨੇ ਹਾਂ ਬਹੁਤ ਸੋਹਣਾ ਟਰਾਲਾ ਬਣਾਇਆ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਆਏ ਹੋ ਵੀ ਟਰਾਲਾ ਗਾ ਬਹੁਤ ਵਧੀਆ ਸਿੱਧੂ ਮੂਸੇ ਨੇ ਬਣਵਾਇਆ ਗਾ ਕਿਹਨਾਂ ਦਾ ਟੀਵੀ ਚੈਨਲ ਬਣਾਇਆ ਨਾ ਟੀਵੀ ਅੱਛਾ ਟੀਵੀ ਚੈਨਲ ਤੇ ਬਣਾਇਆ ਗਾ ਤੁਸੀਂ ਦੇਖੇ ਵੀਡੀਓ ਦੇ ਵਿੱਚ ਪਿੱਛੇ ਬਹੁਤ ਸੋਹਣਾ ਟਰਾਲਾ ਬਾਈ ਤੇ ਡਾਊਨ ਟੂ ਅਰਥ ਬੰਦਾ ਗਾ ਪੂਰਾ ਕੱਦੂ ਕਰੀ ਜਾਂਦਾ ਤੁਸੀਂ ਦੇਖੋ ਵੀ ਐਡਾ ਵੱਡਾ ਸਟਾਰ ਹੋ ਕੇ ਵੀ ਖੇਤੀ ਕਰਦਾ ਗਾ ਕੋਈ ਦੇਖੋ ਤੁਸੀਂ ਅੱਜ ਕੱਲ ਦਾ ਕੋਈ ਸਟਾਰ ਖੇਤੀ ਨਹੀਂ ਕਰ ਸਕਦਾ ਗਾ ਤੇ ਸਾਰਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਈ ਮਿਲਿਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਹਰ ਇੱਕ ਨੂੰ ਵੀ ਇਕੱਲੇ ਇਕੱਲੇ ਬੰਦੇ ਨੇ ਫੋਟੋ ਕਰਾਈ ਬਹੁਤ ਵਧੀਆ ਤਰੀਕੇ ਨਾਲ ਤੇ ਆਪਣੀ ਵੀਡੀਓ ਥੱਲੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਬਲੌਗ ਕਿੱਦਾਂ ਲੱਗਿਆ ਜੇ ਤੁਸੀਂ ਹੋਰ ਇਹੋ ਜਿਹੇ ਵਧੀਆ ਵਧੀਆ ਬਲੌਗ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।